ਸਵਾਗਤ ਕਰਦਾ ਹਾਂ ਵੀਰ ਅਤੇ ਪਿੰਨ ਦਾ ਤੁਹਾਡੇ ਆਪ ਦੇ YouTube ਚੈਨਲ ਦੇ ਉੱਤੇ ਅੱਜ ਮੈਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਇਆ ਹਾਂ ਜਿਹਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜੀ ਆਧਾਰ ਕਾਰਡ ਦੇ ਵਿੱਚ ਨਿਕਲੀ ਹੋਈ ਨਵੀਂ ਭਰਤੀ ਦੇ ਬਾਰੇ ਵਿੱਚ ਜੀ ਹਾਂ ਦੋਸਤੋ ਆਧਾਰ ਕਾਰਡ ਅਥਾਰਟੀ ਆਫ ਇੰਡੀਆ ਦੇ ਵੱਲੋਂ ਨਵਾਂ ਜਿਹੜਾ ਰਿਕਰੂਟਮੈਂਟ ਨੋਟੀਫਿਕੇਸ਼ਨ ਹੈ ਜੀ ਉਹ ਆਊਟ ਕੀਤਾ ਗਿਆ ਹੈ ਜਿਹਦੇ ਵਿੱਚ ਬਹੁਤ ਸਾਰੇ ਕੈਂਡੀਡੇਟ ਜਿਹੜੇ ਨੇ ਜੀ ਐਲੀਜੀਬਲ ਹੋਣ ਜਾ ਰਹੇ ਨੇ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ ਤਾਂ ਕਿ ਹਰ ਇੱਕ ਪ੍ਰੋਸਪੈਕਟਰ ਨੂੰ ਤੁਹਾਨੂੰ ਪਤਾ ਲੱਗ ਸਕੇ ਤੁਸੀਂ ਕਿੱਦਾਂ ਅਪਲਾਈ ਕਰਨਾ ਹੈ ਕੀ ਕੀ ਤੁਹਾਨੂੰ ਜਿਹੜਾ ਉਹ ਇਹਦੇ ਵਿੱਚ ਰਹਿਣ ਵਾਲਾ ਇਨਫੋਰਮੇਸ਼ਨ ਹਰ ਇੱਕ ਚੀਜ਼ ਤੁਹਾਨੂੰ ਜਿਹੜੀ ਹੈ ਉਹ ਹਰ ਇੱਕ ਚੀਜ਼ ਤੁਹਾਨੂੰ ਦੱਸਾਂਗਾ ਉਹ ਸ਼ੁਰੂ ਤੋਂ ਲੈ ਕੇ ਅੰਤ ਤੱਕ ਸੋ ਵੀਡੀਓ ਨੂੰ ਅੰਤ ਤੱਕ ਦੇਖਿਓ ਜੀ ਅਗਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਵੀ ਕਰ ਦੇਣਾ ਨਾਲ ਦੀ ਨਾਲ ਬੈਲ ਆਈਕਨ ਵੀ ਦਬਾ ਦਿੰਨਾ ਉਹਦੇ ਨਾਲ ਹਰ ਇੱਕ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇਗਾ ਸਮੇਂ ਸਿਰ ਔਰ ਅਗਰ ਤੁਸੀਂ ਫਰਸਟ ਟਾਈਮ ਸਾਡੇ ਚੈਨਲ ਤੇ ਆ ਰਹੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਤੇ ਚਲੋ ਹੁਣ ਤੁਹਾਨੂੰ ਲੈ ਚੱਲਦਾ ਜੀ ਆਫੀਸ਼ੀਅਲ ਨੋਟੀਫਿਕੇਸ਼ਨ ਤੇ ਜਿਹੜਾ ਕਿ ਆਊਟ ਕਰ ਕੀਤਾ ਗਿਆ ਹੈ ਯੂ ਆਈ ਡੀ ਆਈ ਵੱਲੋਂ ਸੋ ਇਹਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦਾ ਜੀ ਇਹਦੇ ਵਿੱਚ ਅਲੱਗ ਅਲੱਗ ਡਿਪਾਰਟਮੈਂਟ ਦੇ ਵਿੱਚ ਅਲੱਗ ਅਲੱਗ ਭਰਤੀਆਂ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਇਹਦੇ ਵਿੱਚ ਲਾਸਟ ਡੇਟ ਜਿਹੜੀ ਹੈ ਉਹ ਅਪਲਾਈ ਕਰਨ ਦੀ ਤੁਹਾਨੂੰ ਮੈਂ ਦੱਸ ਦਿੰਨਾ ਹੈ ਅੱਗੇ ਇਸ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਜੀ ਇਸ ਦੇ ਵਿੱਚ ਤੁਸੀਂ ਜਾਣਾ ਹੈ ਜਿਹੜਾ ਕਿ ਵੈਕੈਂਸੀ ਜਿਹੜੀਆਂ ਨੇ ਉਹ ਐਡਵਾਈਡ ਕੀਤੀਆਂ ਗਈਆਂ ਨੇ ਤਿੰਨ ਪੋਸਟਾਂ ਜਿਹੜੀਆਂ ਨੇ ਉਹ ਡਿਪਟੀ ਡਾਇਰੈਕਟਰ ਦੀਆਂ ਨੇ ਜਿਹੜੇ ਕਿ ਪੇ ਮੈਟ੍ਰਿਕਸ ਲੈਵਲ 11 ਦੇ ਅਕੋਰਡਿੰਗਲੀ ਰਹਿਣਗੀਆਂ ਇੱਕ ਪੋਸਟ ਜਿਹੜੀ ਹੈ ਸੈਕਸ਼ਨ ਆਫੀਸਰ ਦੀ ਹੈ ਜਿਹੜੀ ਕਿ ਪੇ ਮੈਟ੍ਰਿਕਸ ਲੈਵਲ 8 ਦੇ ਅਕੋਰਡ ਦੀ ਸੈਲਰੀ ਮਿਲੇਗੀ ਪੰਜ ਪੋਸਟਾਂ ਜਿਹੜੀਆਂ ਨੇ ਉਹ ਅਸਿਸਟੈਂਟ ਸੈਕਸ਼ਨ ਆਫੀਸਰ ਦੀਆਂ ਨੇ ਜਿਹੜੀਆਂ ਕਿ ਪੇ ਮੈਟ੍ਰਿਕਸ ਲੈਵਲ 6 ਦੇ ਅਕੋਰਡਿੰਗਲੀ ਰਹੇਗੀ ਇੱਕ ਪੋਸਟ ਦੀ ਗੱਲ ਕਰ ਰਹਾ ਡਿਪਟੀ ਡਾਇਰੈਕਟਰ ਟੈਕਨੋਲੋਜੀ ਇਸਦੇ ਵਿੱਚ ਤੁਹਾਡੀ ਪੇ ਮੈਟ੍ਰਿਕਸ 11 ਲੈਵਲ ਦੇ ਅਕੋਰਡਿੰਗਲੀ ਰਹੇਗੀ ਇੱਕ ਪੋਸਟ ਜਿਹੜੀ ਹੈ ਅਸਿਸਟੈਂਟ ਡਾਇਰੈਕਟਰ ਟੈਕਨੋਲੋਜੀ ਦੀ ਹੈ ਜਿਸ ਦੇ ਵਿੱਚ ਤੁਹਾਡੀ ਜਿਹੜੀ ਸੈਲਰੀ ਹੈ ਲੈਵਲ 10 ਦੇ ਅਕੋਰਡਿੰਗਲੀ ਦੇਏਗੀ ਚਾਰ ਪੋਸਟਾਂ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਟੈਕਨੀਕਲ ਆਫੀਸਰ ਦੀਆਂ ਜਿਸ ਦੇ ਵਿੱਚ ਤੁਹਾਡੀ ਪੇ ਮੈਟ੍ਰਿਕਸ 8 ਦੇ ਅਕੋਰਡਿੰਗਲੀ ਸੈਲਰੀ ਜਿਹੜੀ ਰਹਿਣ ਵਾਲੀ ਹੈ ਇੱਕ ਪੋਸਟ ਜਿਹੜੀ ਹੈ ਜੀ ਸੀਨੀਅਰ ਅਕਾਊਂਟੈਂਟ ਆਫੀਸਰ ਦੀ ਹੈ ਜਿਸ ਦੇ ਪੇ ਮੈਟ੍ਰਿਕਸ 10 ਦੇ ਅਕੋਰਡਿੰਗਲੀ ਸੈਲਰੀ ਰਹੇਗੀ ਇੱਕ ਪੋਸਟ ਜਿਹੜੀ ਹੈ ਤੁਹਾਡੀ ਅਸਿਸਟੈਂਟ ਅਕਾਊਂਟ ਆਫੀਸਰ ਇਸ ਦੇ ਵਿੱਚ ਵੀ ਤੁਹਾਡੀ ਜਿਹੜੀ ਸੈਲਰੀ ਹੈ ਪੇ ਮੈਟ੍ਰਿਕਸ ਲੈਵਲ 8 ਦੇ ਅਕੋਰਡਿੰਗਲੀ ਰਹੇਗੀ ਇੱਕ ਪੋਸਟ ਜਿਹੜੀ ਹੈਗੀ ਹੈ ਜੀ ਅਕਾਊਂਟੈਂਟ ਦੀ ਹੈ ਜਿਸ ਦੇ ਵਿੱਚ ਤੁਹਾਡੀ ਲੈਵਲ ਪੇ ਮੈਟ੍ਰਿਕਸ ਲੈਵਲ 5 ਦੇ ਅਕੋਰਡਿੰਗਲੀ ਸੈਲਰੀ ਰਹੇਗੀ ਇੱਕ ਪੋਸਟ ਸੀਨੀਅਰ ਪ੍ਰਿੰਸੀਪਲ ਪ੍ਰਾਈਵੇਟ ਸੈਕਟਰੀ ਪ੍ਰਿੰਸੀਪਲ ਪ੍ਰਾਈਵੇਟ ਸੈਕਟਰੀ ਜਿਹੜੀ ਮੈਟ੍ਰਿਕਸ ਦੇ ਵਿੱਚ ਤੁਹਾਡੀ ਜਿਹੜੀ 12 ਅਤੇ 11 ਦੇ ਅਕੋਰਡਿੰਗਲੀ ਰਹੇਗੀ ਤਿੰਨ ਜਿਹੜੀਆਂ ਪੋਸਟਾਂ ਨੇ ਉਹ ਤੁਹਾਡੇ ਪ੍ਰਾਈਵੇਟ ਸੈਕਟਰੀ ਦੀਆਂ ਰਹਿਣਗੀਆਂ ਜਿਸ ਦੇ ਵਿੱਚ ਤੁਹਾਨੂੰ ਲੈਵਲ 8 ਦੇ ਅਕੋਰਡਿੰਗਲੀ ਸੈਲਰੀ ਮਿਲੇਗੀ ਤਿੰਨ ਪੋਸਟਾਂ ਦੀ ਗੱਲ ਕਰਾਂ ਸਟੈਨੋ ਦੀਆਂ ਨੇ ਜਿਹੜੇ ਕਿ ਪੇ ਮੈਟ੍ਰਿਕਸ ਲੈਵਲ 6 ਦੇ ਅਕੋਰਡਿੰਗਲੀ ਤੁਹਾਡੀ ਸੈਲਰੀ ਰਹਿਣ ਵਾਲੀ ਹੈ ਇੱਕ ਪੋਸਟ ਜਿਹੜੀ ਹੈ ਜੂਨੀਅਰ ਟਰਾਂਸਲੇਟਰ ਅਫਸਰ ਦੀ ਹੈ ਪੇ ਮੈਟ੍ਰਿਕਸ ਲੈਵਲ 6 ਦੇ ਅਕੋਰਡਿੰਗਲੀ ਔਰ ਇੱਕ ਪੋਸਟ ਜਿਹੜੀ ਹੈ ਹਿੰਦੀ ਟਾਈਪਿਸਟ ਪੇ ਮੈਟ੍ਰਿਕਸ ਲੈਵਲ 2 ਦੇ ਅਕੋਰਡਿੰਗਲੀ ਇਹ ਜਿਹੜੀਆਂ ਪਰਧੀਆਂ ਨੇ ਟੋਟਲੀ ਜਿਹੜੀਆਂ ਤੁਹਾਡੀ ਡਿਪੂਟੇਸ਼ਨ ਬੇਸਿਸ ਤੇ ਹੋਣਗੀਆਂ ਜਿਹੜੀਆਂ ਕਿ UIDAI ਹੈਡਕ quartਰ ਨਿਊ ਦਿੱਲੀ ਦੇ ਵਿੱਚ ਤੁਹਾਡੀ ਜਿਹੜੀਆਂ ਰਹਿਣ ਵਾਲੀਆਂ ਨੇ ਇਸ ਦੇ ਲਈ ਤੁਸੀਂ ਜਿਹੜਾ ਅਪਲਾਈ ਕਰਨ ਦੇ ਲਈ ਕੀ ਕਰਨਾ ਲਾਸਟ ਡੇਟ ਹੈ ਕਿ ਹੈ ਜੀ 28 5 2021 ਤੁਸੀਂ ਆਪਣੀ ਐਪਲੀਕੇਸ਼ਨ ਜਿਹੜੀ ਹੈ ਜੀ ਇਹਨਾਂ ਨੂੰ ਸੈਂਡ ਕਰਨੀ ਹੈ ਜੋ ਕਿ ਇਹਨਾਂ ਦਿੱਤੇ ਗਏ ਐਡਰੈਸ ਹੋ ਹੈਗੀ ਹੈ ਜੀ ਅਸਿਸਟੈਂਟ ਡਾਇਰੈਕਟਰ ਜਨਰਲ ਐਚ ਆਰ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ 4ਥ ਫਲੋਰ ਬੰਗਲਾ ਸਾਹਿਬ ਰੋਡ ਬਿਹੈਂਡ ਕਾਲੀ ਮੰਦਰ ਗੋਲ ਮਾਰਕੀਟ ਨਿਊ ਦਿੱਲੀ ਇਸ ਦੇ ਵਿੱਚ ਜਿਹੜੀ ਲਾਸਟ ਡੇਟ ਐਕਸਟੈਂਡ ਕੀਤੀ ਗਈ ਹੈ ਇਹ ਨੋਟੀਫਿਕੇਸ਼ਨ ਜਿਹੜਾ ਸੀ ਪਹਿਲੋ ਵੀ ਆਇਆ ਸੀਗਾ ਜਿਹੜਾ ਕਿ 25 2 2021 ਨੂੰ ਆਇਆ ਸੀਗਾ ਸੋ ਇਸ ਨੂੰ ਐਕਸਟੈਂਡ ਕਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਸਾਰੀਆਂ ਭਰਤੀਆਂ ਜਿਹੜੀਆਂ ਆਊਟ ਕੀਤੀਆਂ ਗਈਆਂ ਨੇ ਤੁਸੀਂ ਇਹੀ ਨੋਟੀਫਿਕੇਸ਼ਨ ਜਿਹੜਾ ਹਿੰਦੀ ਦੇ ਵਿੱਚ ਵੀ ਦੇਖ ਪਾ ਫਿਰ ਨੂੰ ਪ੍ਰੋਪਰ ਇੱਕ ਰੇ ਪੜ ਲੈਣਾ ਜੀ ਪੜ ਲੈਣ ਤੋਂ ਬਾਅਦ ਹੀ ਇਹਨਾਂ ਪੋਸਟਾਂ ਲਈ ਤੁਸੀਂ ਅਪਲਾਈ ਕਰਨਾ ਹੈ ਫਿਰ ਵੀ ਕਿਸੇ ਤਰ੍ਹਾਂ ਦੀ ਤੁਹਾਨੂੰ ਜਿਹੜੀ ਹੈ ਅਗਰ ਡਾਊਟ ਹੋਏਗਾ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ ਮੈਂ ਤੁਹਾਡੇ ਲਈ ਨਵੇਂ ਨਵੇਂ ਭਰਤੀ ਜਿਹੜੇ ਲੈ ਕੇ ਆਂਦਾ ਹੀ ਰਹਿਣਾ ਹੈ ਇਹ ਆਫੀਸ਼ੀਅਲ ਨੋਟੀਫਿਕੇਸ਼ਨ ਹੈ ਜਿਹੜਾ ਕਿ ਤੁਸੀਂ ਦੇਖ ਪਾ ਰਹੇ ਹੋ ਮਿਨਿਸਟਰੀ ਆਫ ਇਲੈਕਟ੍ਰੋਨਿਕਸ ਐਂਡ ਇਨਫੋਰਮੇਸ਼ਨ ਟੈਕਨੋਲੋਜੀ ਯੂਨੀਕ ਆਇਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਵੱਲੋਂ ਕੱਢਿਆ ਗਿਆ ਜੋ ਕਿ ਹਿਊਮਨ ਰਿਸੋਰਸ ਡਿਵੀਜ਼ਨ ਦੁਆਰਾ ਕੱਢਿਆ ਗਿਆ ਹੈ ਇਸ ਨੋਟੀਫਿਕੇਸ਼ਨ ਦੇ ਵਿੱਚ ਇਹ ਪ੍ਰੋਪਰ ਜਿਹੜਾ ਇਹਨਾਂ ਦੀ ਵੈਬਸਾਈ ਇਹ ਤੁਸੀਂ ਡਾਇਰੈਕਟ ਨੋਟੀਫਿਕੇਸ਼ਨ ਜਿਹੜਾ ਇਹਦੀ ਵੈਬਸਾਈਟ ਤੋਂ ਡਾਊਨਲੋਡ ਕਰ ਪਾਉਂਗੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਡਾਊਟ ਤੁਹਾਨੂੰ ਹੈਗਾ ਤੁਸੀਂ ਸਾਨੂੰ ਕਮੈਂਟ ਕਰੋ ਅਸੀਂ ਤੁਹਾਡੇ ਲਈ ਹਰ ਤਰ੍ਹਾਂ ਦੇ ਨਵੇਂ-ਨਵੇਂ ਨੋਟੀਫਿਕੇਸ਼ਨ ਜਿਹੜੇ ਲੈ ਕੇ ਆਉਂਦੇ ਹੀ ਰਹਿੰਨੇ ਆ ਤੁਹਾਨੂੰ ਜਿਹੜਾ ਨਵੇਂ-ਨਵੇਂ ਨੋਟੀਫਿਕੇਸ਼ਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਰੱਖਣਾ ਹੈ ਤੇ ਵੀਡੀਓ ਚੰਗੀ ਲੱਗੇ ਤੇ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਵੀ ਜਰੂਰ ਕਰ ਦਿਓ ਕੋਈ ਡਾਊਟ ਹੋਵੇ ਕਮੈਂਟ ਕਰੋ ਅਸੀਂ ਤੁਹਾਡਾ ਰਿਪਲਾਈ ਜ਼ਰੂਰ ਕਰਾਂਗੇ ਤੁਸੀਂ ਜਿੱਦਾਂ ਦੇ ਵੀ ਨੋਟੀਫਿਕੇਸ਼ਨ ਚਾਹੁੰਦੇ ਹੋ ਕਮੈਂਟ ਬਾਕਸ 'ਚ ਜ਼ਰੂਰ ਲਿਖਣਾ ਔਰ ਇੱਕ ਰਿਕੁਐਸਟ ਹੈ ਕਿ ਆਪਣੀ ਜਿਹੜੀ ਤੁਹਾਡੀ ਕੁਆਲੀਫਿਕੇਸ਼ਨ ਆ ਉਹ ਕਮੈਂਟ ਬਾਕਸ 'ਚ ਲਿਖਣਾ ਨਾ ਭੁੱਲਣਾ ਜਿਹਦੇ ਨਾਲ ਸਾਨੂੰ ਇਹ ਪਤਾ ਲੱਗੇਗਾ ਕਿ ਵੱਧ ਤੋਂ ਵੱਧ ਜਿਹੜੇ ਕੈਂਡੀਡੇਟ ਨੇ ਕਿਸ ਐਜੂਕੇਸ਼ਨ ਦੇ ਨਾਲ ਜਿਹੜੇ ਸਬੰਧਿਤ ਨੇ ਜਿਨ੍ਹਾਂ ਲਈ ਅਸੀਂ ਜਿਹੜੀਆਂ ਅੱਗੇ ਵੀਡੀਓ ਬਣਾਉਣੀਆਂ ਨੇ ਤੁਸੀਂ ਵਰਕ ਫਰਮ ਹੋਮ ਚਾਹੁੰਦੇ ਹੋ ਅਸੀਂ ਉਹ ਵੀ ਬਣਾਵਾਂਗੇ ਅਸੀਂ ਛੋਟੇ ਤੋਂ ਛੋਟੇ ਤੇ ਹਰ ਵੱਡੀ ਤੋਂ ਵੱਡੀ ਰਿਕਰੂਟਮੈਂਟ ਜਿਹੜੀ ਆਪਣੇ ਚੈਨਲ ਤੇ ਕਵਰ ਕਰਦੇ ਆਂ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਚੈਨਲ ਨੂੰ ਸਬਸਕ੍ਰਾਈਬ ਰੱਖਣਾ ਮਿਲਾਂਗਾ ਜੀ ਤੁਹਾਨੂੰ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ